ਸਵਾਗਤ ਕਰਦੇ ਹਾਂ ਸਾਡਾ ਪੰਜਾਬੀ ਸਿਲਾਈ ਕਢਾਈ ਚੈਨਲ 'ਤੇ। ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਅਸੀਂ ਤੁਹਾਨੂੰ ਦੱਸਾਂਗੇ ਕਫ ਵਾਲੀ ਬਾਜੂ ਬਣਾਉਣ ਦਾ ਤਰੀਕਾ, ਵੀ ਕਿਸ ਤਰ੍ਹਾਂ ਬਣਾਉਂਦੇ ਨੇ, ਕਿਉਂਕਿ ਹੁਣ ਸਰਦੀਆਂ ਨੇ, ਸਰਦੀਆਂ 'ਚ ਇਹ ਬਾਜੂ ਕਫ ਵਾਲੀ ਜ਼ਿਆਦਾ ਚੱਲਦੀ ਹੈਗੀ। ਉਹ ਸਾਰੀ ਜਾਣਕਾਰੀ ਦੇਵਾਂਗੇ ਤੁਹਾਨੂੰ, ਜਿਹੜੀ ਕੋਈ ਬਰੀਕੀਆਂ ਉਹਨਾਂ ਸਮਝਣ ਦੀ ਤੁਸੀਂ ਕੋਸ਼ਿਸ਼ ਕਰਨਾ, ਕਿਉਂਕਿ ਜਿਹੜੀ ਕਫ ਵਾਲੀ ਬਾਜੂ ਹੁੰਦੀ ਹੈ ਥੋੜ੍ਹੀ ਜਿਹੀ ਇਸ ਵਿੱਚ ਪ੍ਰੋਬਲਮ ਆਉਂਦੀ ਹੈ ਬਣਾਉਣ 'ਚ, ਉਹ ਸਾਰਾ ਕੁਛ ਤੁਹਾਨੂੰ ਦੱਸਾਂਗੇ। ਤੁਸੀਂ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਧਿਆਨ ਨਾਲ ਦੇਖਣਾ ਜੀ। ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਆ ਕਰੋ ਜੀ, ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ, ਤਾਂ ਕਿ ਨਵੀਂ ਵੀਡੀਓ ਜਾਣਕਾਰੀ ਤੁਹਾਡੇ ਤੱਕ ਪਹੁੰਚ ਸਕੇ। ਇਹ ਆਪਣੇ ਕੋਲ ਬਾਂਹ ਦਾ ਕੱਪੜਾ, ਇਹ ਬਾਜੂ ਦਾ ਕੱਪੜਾ ਹੈਗਾ। ਜਿਹੜੀ ਇਹਦੀ ਬਾਜੂ ਦੀ ਲੰਬਾਈ ਹੈਗੀ ਹੈ 20.5 ਇੰਚ ਤਿਆਰ, 20.5 ਇੰਚ ਤਿਆਰ ਆ ਲੰਬਾਈ। ਇਹ ਆਪਾਂ ਨੇ ਡਬਲ ਕਰ ਲਿਆ, ਦੇਖੋ ਇਹ ਕੰਨੀ ਹੈਗੀ, ਇਸ ਤਰ੍ਹਾਂ ਇਹਦੀ ਲੰਬਾਈ ਹੈਗੀ। ਜਿਹੜਾ ਆਪਾਂ ਨੇ ਕੱਪੜਾ ਲੈਣਾ 20.5 ਇੰਚ ਹੀ ਲੈਣਾ ਗਾ, 20.5 ਇੰਚ ਇਹ ਬਾਂਹ ਤਿਆਰ ਆ ਗਈ ਕਫ ਵਾਲੀ, 20.5 ਇੰਚ ਆਪਾਂ ਨੇ ਕੱਪੜਾ ਲਿੱਤਾ ਗਾ। ਉਸ ਪਹਿਲਾਂ ਇਹਦੀ ਤੁਹਾਨੂੰ ਕਟਿੰਗ ਦੱਸ ਦਿਆਂਗੇ, ਜਿਸ ਤਰ੍ਹਾਂ ਕਿ 20.5 ਇੰਚ ਆਪਾਂ ਨੇ ਰੱਖਣਾ ਗਾ। ਉਸ ਤੋਂ ਬਾਅਦ ਇਹਦਾ ਮੋਢਾ ਲਵਾਂਗੇ, ਜਿਹੜਾ ਆਪਾਂ ਨੇ ਮੋਢਾ ਲੈਣਾ ਇਹਦਾ 9 ਇੰਚ ਲਵਾਂਗੇ, ਕਿਉਂਕਿ ਇਹਦੀ ਜਿਹੜੀ ਛਾਤੀ ਹੈਗੀ ਆਪਣੇ ਕੋਲ 21 ਇੰਚ ਆ, ਇਹ 9 ਇੰਚ ਮੋਢਾ ਲਿੱਤਾ। ਜਿਹੜੀ ਆਪਣੇ ਇਹਦੀ ਕਾਟ ਪਾਉਣੀ ਹੁੰਦੀ ਹੈਗੀ, ਆਮ ਤੌਰ 'ਤੇ ਆਪਾਂ 3 ਜਾਂ 3.5 ਇੰਚ ਦੀ ਪਾਉਂਦੇ ਹਾਂ। ਇਸਦੀ ਜਿਹੜੀ ਆਪਾਂ ਨੇ ਕਾਟ ਪਾਉਣੀ ਆ, ਉਹ ਪਾਉਣੀ ਆ 2.25 ਇੰਚ ਦੀ, ਕਿਉਂਕਿ ਇਹੜੀ ਕਾਟ ਘੱਟ ਹੁੰਦੀ ਹੈ, ਜੇਕਰ ਆਪਾਂ ਇਹ ਕਾਟ ਜ਼ਿਆਦਾ ਪਾਵਾਂਗੇ ਤਾਂ ਆਪਣੀ ਇਹ ਜਿਹੜੀ ਸਿਲਾਈ ਹੁੰਦੀ ਆ ਖਿੱਚ ਮਾਰਨ ਲੱਗ ਜਾਂਦੀ ਆ, ਇਸ ਕਰਕੇ ਇਹ ਆਪਣੀ ਮੋਢੇ ਦੀ ਕਾਟ ਆ। ਇਸ ਤਰ੍ਹਾਂ ਇਸਦੀ ਗਲਾਈ ਪਾਵਾਂਗੇ ਮੋਢੇ ਦੀ ਕਟਿੰਗ ਵੇਲੇ। ਉਸ ਤੋਂ ਬਾਅਦ ਆ ਜਾਂਦਾ ਆਪਣਾ ਹੇਠਲਾ ਹਿੱਸਾ, ਜਿਹੜਾ ਆਪਣੇ ਕਫ ਲਾਉਣ ਨੂੰ ਹੇਠਲਾ ਹਿੱਸਾ ਲੈਣਾ ਹੁੰਦਾ, ਉਹ ਆਮ ਤੌਰ 'ਤੇ ਲੈਣਾ ਹੁੰਦਾ 6.5 ਜਾਂ 7। ਜੇਕਰ ਤੁਸੀਂ ਬਾਜੂ ਇਹ ਬਣਾਉਣੀ ਹੈ ਥੋੜ੍ਹੀ ਜਿਹੀ ਟਾਇਟ ਤਾਂ ਲੈ ਲਓ 6.5, ਜੇਕਰ ਖੁੱਲ੍ਹੀ ਬਣਾਉਣੀ ਹੈ ਤਾਂ ਲੈ ਲਓ 7 ਇੰਚ। ਇਹ ਆਪਾਂ 7 ਇੰਚ ਦੇ ਨਿਸ਼ਾਨ ਲਾਵਾਂਗੇ, ਇਸ ਤਰ੍ਹਾਂ ਇਹਦੀ ਆਪਾਂ ਕਟਿੰਗ ਕਰਾਂਗੇ। ਇਹ ਜਿਹੜੀ ਆਪਾਂ ਸ਼ੇਪ ਪਾਵਾਂਗੇ ਥੋੜ੍ਹੀ ਜਿਹੀ ਰੇਪ ਪਾਵਾਂਗੇ ਇਸ ਤਰ੍ਹਾਂ, ਜੇਕਰ ਤੁਸੀਂ ਬਾਜੂ ਖੁੱਲ੍ਹੀ ਪਾਉਣੀ ਆ ਤਾਂ ਇਸ ਤਰ੍ਹਾਂ ਤੁਸੀਂ ਸਿੱਧੀ ਸ਼ੇਪ ਪਾ ਲਓ। ਇਹ ਜਿਹੜੀ ਆਪਾਂ ਸ਼ੇਪ ਪਾਵਾਂਗੇ ਇਸ ਤਰ੍ਹਾਂ ਪਾਵਾਂਗੇ, ਥੋੜ੍ਹੀ ਜਿਹੀ ਗਲਿਆਈ ਦੇਵਾਂਗੇ ਇਸਨੂੰ, ਇਸ ਨਾਲ ਜਿਹੜੀ ਆਪਣੀ ਬਾਜੂ ਆ ਉਹ ਜ਼ਿਆਦਾ ਖੁੱਲ੍ਹੀ ਨਹੀਂ ਹੁੰਦੀ। ਦੇਖੋ ਤੁਸੀਂ ਇਹ ਆਪਣਾ ਮੋਢਾ ਹੋ ਗਿਆ, ਬਾਅਦ ਜਿਹੜਾ ਆਪਾਂ ਨੇ ਇਹਦੇ ਚਾਕ ਰੱਖਣਾ ਗਾ, ਇਹ ਜਿਹੜਾ ਆਪਾਂ ਚਾਕ ਰੱਖਾਂਗੇ 3.5 ਇੰਚ ਦਾ ਰੱਖਾਂਗੇ। ਇੱਥੋਂ ਆਪਾਂ ਪਲਕਾਂ ਲੈਣਾਂਗੇ ਬਾਜੂ ਦੀਆਂ। ਇਹ ਹੋ ਗਿਆ ਆਪਣੀ ਬਾਜੂ ਦੀ ਕਟਿੰਗ। ਉਸ ਤੋਂ ਬਾਅਦ ਇਹ ਹੋ ਗਿਆ ਆਪਣੇ ਕਫ ਵਾਲਾ ਕੱਪੜਾ, ਜਿਹੜਾ ਆਪਣੇ ਕਫ ਵਾਲਾ ਕੱਪੜਾ ਲੈਣਾ ਹੁੰਦਾ ਆਮ ਤੌਰ 'ਤੇ 4.25 ਜਾਂ 4.5 ਇੰਚ ਲੈਣਾ ਹੁੰਦਾ। ਇਹ ਆਪਣਾ ਕੱਪੜਾ 4.25 ਇੰਚ ਆ, ਇਸਦਾ ਜਿਹੜਾ ਆਪਾਂ ਨੇ ਕਫ ਬਣਾਉਣਾ, ਇਹ ਤਹਿ ਪਾਵਾਂਗੇ, ਤਹਿ ਨਾਲ ਕੀ ਆਪਣਾ ਕੱਪੜਾ ਜਿਹੜਾ ਜ਼ਿਆਦਾ ਮਜ਼ਬੂਤ ਹੋ ਜਾਂਦਾ ਗਾ। ਇਸ ਤਰ੍ਹਾਂ ਆਪਾਂ ਕਫ ਬਣਾ ਕੇ ਤਿਆਰ ਕਰਾਂਗੇ। ਜਿਹੜੀ ਆਪਣੀ ਕਫ ਦੀ ਚੜਾਈ ਰੱਖਣੀ ਉਹ 1.25 ਇੰਚ ਦੀ ਰੱਖਾਂਗੇ ਤਿਆਰ। ਪਹਿਲਾਂ ਆਪਾਂ ਮਿਣ ਲਾਂਗੇ ਵੀ ਆਪਣਾ ਕਫ 1.25 ਇੰਚ ਹੈ। ਇਹ ਦੇਖੋ ਤੁਸੀਂ ਜਿਹੜੀ ਤਹਿ 1.25 ਇੰਚ ਦੀ ਰੱਖਣੀ ਆਪਣੇ ਇਸ ਤਰ੍ਹਾਂ। ਇਹ ਜਿਹੜਾ ਆਪਾਂ ਨੇ ਦਬਾ ਰੱਖਿਆ ਗਾ ਇਹ ਵਾਲਾ, ਦੇਖੋ ਤੁਸੀਂ ਇੱਥੇ ਆਪਾਂ ਕਫ ਨੂੰ ਜੜਾਂਗੇ। ਇਹ ਆਪਣੇ ਦਬਾ ਥੋੜ੍ਹਾ ਜ਼ਿਆਦਾ ਰੱਖਿਆ ਗਾ, 3-4 ਸੂਤ ਜ਼ਿਆਦਾ ਰੱਖਿਆ ਗਾ, ਇਸ ਜਗ੍ਹਾ 'ਤੇ ਆਪਾਂ ਕਫ ਨੂੰ ਜੜਾਂਗੇ। ਇਸ ਤਰ੍ਹਾਂ ਜਿਹੜਾ ਆਪਣਾ ਕਫ ਉਲਟ ਕੇ ਸਿੱਧਾ ਹੋ ਜੂਗਾ। ਕਫ ਹੈਗਾ ਇਹਦਾ 8.5 ਇੰਚ ਤਿਆਰ, ਇਹ ਜਿਹੜਾ ਆਪਾਂ ਨੇ ਕੱਪੜਾ ਲਿੱਤਾ 9.5 ਇੰਚ, ਇਹ ਦੇਖੋ ਤੁਸੀਂ ਇਹ 9.5 ਇੰਚ ਆਪਣੇ ਕੋਲ ਕੱਪੜਾ, ਕਫ ਹੈਗਾ 8.5 ਇੰਚ ਤਿਆਰ ਇਸਦਾ, ਇੰਚ ਇਸਦੇ ਜਿਹੜਾ ਆਪਾਂ ਸਿਲਾਈਆਂ ਲਾਵਾਂਗੇ ਉਹਨਾਂ ਵਿੱਚ ਆ ਜੂਗਾ।
ਸੈਂਟਰ 'ਚ ਪਹਿਲਾਂ ਜੇ ਆਪਾਂ ਇਹ ਛੋਟੀ ਜਿਹੀ ਟੋਕ ਲਾਈ ਆ, ਇਹੀ ਟੋਕ ਆਪਾਂ ਸੈਂਟਰ 'ਚ ਇਸ ਜਗ੍ਹਾ 'ਤੇ ਲਾਵਾਂਗੇ ਇਸ ਤਰ੍ਹਾਂ। ਉਸ ਤੋਂ ਬਾਅਦ ਉਹਨੂੰ ਇਹਨੂੰ ਜੜਨ ਦਾ ਤਰੀਕਾ ਦੱਸਦੇ ਹਾਂ ਅਸੀਂ। ਉਸ ਨੂੰ ਅਸੀਂ ਜੜਨ ਦਾ ਤਰੀਕਾ ਦੱਸਦੇ ਹਾਂ। ਪਹਿਲਾਂ ਆਪਾਂ ਇਹਦੀਆਂ ਪਲਕਾਂ ਲੇੜਾਂਗੇ। ਇਹ ਦੇਖੋ ਤੁਸੀਂ ਜਿਹੜੇ ਆਪਾਂ ਨੇ 3.5 ਇੰਚ 'ਤੇ ਟੋਕ ਲਾਈ ਸੀ ਇਸ ਤਰ੍ਹਾਂ। ਇਹ ਆਪਣੀ ਪੁੱਠੀ ਸਾਈਡ ਆ, ਇਹੀ ਹੈ ਸਿੱਧੀ ਸਾਈਡ। ਇਹ ਦੇਖੋ ਆਪਣੇ ਟੋਕ ਲਾਈ ਸੀਗੀ 3.5 ਇੰਚ 'ਤੇ। ਇਸ ਵਿੱਚ ਆਪਣੇ ਜ਼ਿਆਦਾ ਦਬਾਅ ਨਹੀਂ ਦੇਣਾ ਹੈਗਾ। ਇਸੇ ਤਰ੍ਹਾਂ ਹੀ ਆਪਾਂ ਦੂਸਰੀ ਸਾਈਡ ਬਣਾ ਲਾਂਗੇ। ਇਹ ਆਪਣੇ ਦੋਨੇ ਸਾਈਡਾਂ ਦੇਖੋ ਸਿਲਾਈ ਲਾ ਲਈ ਦੋਨੇ ਪਾਸੇ। ਉਸ ਤੋਂ ਬਾਅਦ ਜੜਾਂਗੇ ਆਪਾਂ ਕਾਫ। ਇਹ ਦੇਖੋ ਆਪਣੀ ਟੋਕ ਇੱਕ ਸੈਂਟਰ 'ਚ ਲੱਗੀ ਹੋਈ ਹੈਗੀ, ਇਹੀ ਟੋਕ ਆਪਣੀ ਕਾਫ ਦੇ ਸੈਂਟਰ 'ਚ ਲੱਗੀ ਹੋਈ ਆ। ਇਹ ਦੇਖੋ ਤੁਸੀਂ ਹੁਣ ਆਪਾਂ ਨੇ ਜਿਹੜਾ ਕਾਫ ਧਰਨਾ ਇਸ ਤਰ੍ਹਾਂ, ਇਸ ਤਰ੍ਹਾਂ ਆਪਾਂ ਨੇ ਸਿਲਾਈ ਲਾਉਣੀ ਹੈਗੀ ਕਾਫ 'ਤੇ, ਜਿਹੜੀ ਕਿ ਆਪਣੇ ਇਹ ਉਲਟ ਕੇ ਇਸ ਤਰ੍ਹਾਂ ਆ ਜੂਗਾ। ਕਫ ਨੂੰ ਆਪਾਂ ਧਰਾਂਗੇ ਨੀਚੇ। ਜਿਹੜਾ ਬਾਜੂ ਵਾਲਾ ਕੱਪੜਾ ਉੱਪਰ ਦੇਖੋ ਤੁਸੀਂ ਸਿੱਧੀ ਸਾਈਡ ਨਾਲ ਸਿੱਧੀ ਸਾਈਡ ਆਪਣੀ। ਇਸਨੂੰ ਆਪਾਂ ਨੇ 1/2 ਇੰਚ ਹਟਾ ਕੇ ਧਰਨਾ, ਕਿਉਂਕਿ 1/2 ਇੰਚ ਦੀ ਆਪਾਂ ਨੇ ਕਫ 'ਤੇ ਸਿਲਾਈ ਲਾਉਣੀ ਹੈਗੀ ਇਸ ਕਰਕੇ। ਉਸ ਤੋਂ ਬਾਅਦ ਇਸ ਵਿੱਚ ਪਾਵਾਂਗੇ ਆਪਾਂ ਪਲੇਟਾਂ। ਜਿਹੜੀਆਂ ਇਸ ਵਿੱਚ ਪਲੇਟਾਂ ਪਾਉਣੀਆਂ ਨੇ ਸਿਰਫ ਆਪਣੇ 5 ਜਾਂ 6 ਹੀ ਪਾਉਣੀਆਂ ਹੁੰਦੀਆਂ ਨੇ, ਉਹ ਵੀ ਬਰੀਕ ਬਰੀਕ। ਇਹ ਸੈਂਟਰ ਜਿਹੜੇ ਆਪਣੇ ਟੋਕ ਲਾਈ ਆ ਇਸ ਦਾ ਹਿਸਾਬ ਨਾਲ ਆਪਾਂ ਪਾਵਾਂਗੇ, ਯਾਨੀ ਕਿ 3 ਵਾਲੀ ਇਸ ਸਾਈਡ ਪਾਵਾਂਗੇ, 3 ਵਾਲੀ ਦੂਸਰੀ ਸਾਈਡ। ਜਿਹੜੇ ਆਪਣੇ ਵਲ ਪਾਉਣੇ ਨੇ ਬਿਲਕੁਲ ਆਪਣੇ 3 ਜਾਂ 4 ਇੰਚ 'ਚ ਹੀ ਪਾਉਣੇ ਹੁੰਦੇ ਨੇ, 3 ਕੁ ਇੰਚ 'ਚ। ਇਸ ਹਿਸਾਬ ਨਾਲ ਆਪਾਂ ਵਲ ਪਾਵਾਂਗੇ। ਜਿਹੜੇ ਵਲ ਪਾਉਣੇ ਤੁਸੀਂ ਕਿਸੇ ਵੀ ਤਰੀਕੇ ਨਾਲ ਪਾ ਸਕਦੇ ਹੋ, ਇਸ ਸਾਈਡ ਵੀ ਪਾ ਸਕਦੇ ਹੋ, ਇਸ ਸਾਈਡ ਵੀ ਪਾ ਸਕਦੇ ਹੋਗੇ। ਇਹ ਜਿਹੜੇ ਆਪਣੇ ਵਲ ਪਾਵਾਂਗੇ ਇਸ ਤਰ੍ਹਾਂ ਪਾਵਾਂਗੇ। ਇਹ ਹੋ ਗਏ ਆਪਣੇ 2 ਵਾਲ। ਉਸ ਤੋਂ ਬਾਅਦ ਇਹ ਟੋਕ ਨਾਲ ਟੋਕ ਮਿਲਾ ਲਾਂਗੇ। ਦੇਖੋ ਤੁਸੀਂ ਇਹ ਆਪਣੇ ਹੋ ਜਾਣਗੇ 3 ਵਾਲ। ਤਿੰਨ ਵਾਲੀ ਆਪਾਂ ਦੂਸਰੀ ਸਾਈਡ ਪਾਵਾਂਗੇ। ਇਹਨਾਂ ਦਾ ਵਾਲਾਂ ਦਾ ਮੂੰਹ ਆਪਾਂ ਨੇ ਇੱਕ ਸਾਈਡ ਹੀ ਰੱਖਣਾ ਹੈਗਾ, ਜਿਸ ਤਰ੍ਹਾਂ ਕਿ ਉਸੇ ਤਰੀਕੇ ਨਾਲ ਹੀ ਪਾਉਣੇ ਨੇ ਆਪਾਂ ਆਪਣੇ ਵਾਲ। ਇੱਧਰ ਵੀ ਆਪਣੇ 1/2 ਇੰਚ ਦਾ ਹੀ ਦਬਾਅ ਰੱਖਣਾ ਹੈਗਾ, ਕਿਉਂਕਿ ਇੱਥੇ ਆਪਣੇ ਸਿਲਾਈ ਲਾਉਣੀ ਹੈਗੀ। ਇਹ ਦੇਖੋ 1 ਵਾਲਾ ਆਪਾਂ ਹੋਰ ਪਾਵਾਂਗੇ ਇਸ ਵਿੱਚ। ਤੁਹਾਨੂੰ ਅਸੀਂ ਸਿੱਧੀ ਸਾਈਡ ਵੀ ਦਿਖਾਉਂਦੇ ਹਾਂ। ਇਹ ਦੇਖੋ ਆਪਣੇ 6 ਵਾਲ ਪੈ ਕੇ ਤਿਆਰ ਨੇ। ਇਹ ਆਪਣੇ ਵਾਲ ਪੈ ਕੇ ਤਿਆਰ ਨੇ, ਇਹ ਆਪਣੇ 6 ਵਾਲ ਪਾਏ ਨੇ। ਉਸ ਤੋਂ ਬਾਅਦ ਆਪਣੇ ਬਣਾਉਣਾ ਕਫ। ਜਿਹੜਾ ਆਪਣੇ ਕਫ ਬਣਾਉਣਾ ਗਾ, ਇਹ ਦੇਖੋ ਤੁਸੀਂ ਇਸ ਹਿਸਾਬ ਨਾਲ ਬਣਾਵਾਂਗੇ। ਇਹ ਜਿਹੜਾ ਆਪਾਂ ਨੇ ਦਬਾਅ ਰੱਖਣਾ 1 ਸੂਤ ਦਾ ਰੱਖਾਂਗੇ,
ਉਹਨੂੰ ਦੂਸਰੀ ਸਾਈਡ ਦਿਖਾਉਣਾ। ਇਹ ਆਪਣੇ ਤਹਿ ਪਾਈ ਆ ਕੱਪੜੇ 'ਚ, ਤਹਿ ਨਾਲ ਜਿਹੜਾ ਆਪਣਾ ਕਫ ਬਣ ਕੇ ਵਧੀਆ ਤਿਆਰ ਹੋ ਜਾਂਦਾ। ਇਹ ਦੇਖੋ ਤੁਸੀਂ, ਇਹ ਆਪਣੇ ਇੱਕ ਸੂਤ ਦਾ ਰੱਖਣਾ ਹੇਠਲਾ ਦਬਾ, ਕਿਉਂਕਿ ਇਸ ਉੱਪਰ ਆਪਣੇ ਸਿਲਾਈ ਲਾਉਣੀ ਹੈਗੀ ਬਾਅਦ ਵਿੱਚ, ਜਦੋਂ ਆਪਾਂ ਕਫ ਨੂੰ ਉਲਟਾਵਾਂਗੇ। ਇੱਕ ਸੂਤ ਦਾ ਦਬਾ ਰੱਖ ਕੇ ਇੱਧਰ ਸਿਲਾਈ ਲਾਵਾਂਗੇ, ਇਸੇ ਹਿਸਾਬ ਨਾਲ ਹੀ ਦੂਸਰੀ ਸਾਈਡ ਸਿਲਾਈ ਲਾਵਾਂਗੇ। ਇਹ ਆਪਾਂ ਨੇ ਇਸ ਤਰ੍ਹਾਂ ਕਫ ਨੂੰ ਫੋਲਡ ਕਰ ਲਿਆ, ਅਸੀਂ ਪਹਿਲਾਂ ਵੀ ਦੱਸਿਆ ਤੁਹਾਨੂੰ ਇਸ ਤਰ੍ਹਾਂ। ਇਹ ਆਪਣੀ ਹੁਣ ਉਲਟੀ ਸਾਈਡ ਆ ਕਫ ਦੀ, ਪਹਿਲਾਂ ਲਾਵਾਂਗੇ ਇੱਥੇ ਸਿਲਾਈ। ਹੇਠਲਾ ਕੱਪੜਾ ਇੱਕ ਸੂਤ ਵਧਾ ਕੇ ਇਸੇ ਤਰ੍ਹਾਂ ਹੀ ਆਪਾਂ ਦੂਸਰੀ ਸਾਈਡ ਲਾ ਲਾਂਗੇ ਸਿਲਾਈ। ਆਪਣੇ ਦੋਨੇ ਸਾਈਡ ਸਿਲਾਈ ਲਾ ਲਈ, ਉਸ ਤੋਂ ਬਾਅਦ ਇਸ ਤਰ੍ਹਾਂ ਉਲਟਾ ਲਾਂਗੇ। ਇਹ ਦੇਖੋ ਇਹ ਉਲਟ ਕੇ ਆਪਣੀ ਸਿੱਧੀ ਸਾਈਡ ਹੋ ਗਈ ਕਫ ਜੀ। ਇਹ ਆਪਣੇ 1.25 ਇੰਚ ਚੌੜਾ ਕਫ ਲਾਇਆ ਗਾ ਤਿਆਰ। ਉਸ ਤੋਂ ਬਾਅਦ ਇਹ ਹੋ ਗਈ ਆਪਣੀ ਅੰਦਰਲੀ ਸਾਈਡ, ਇੱਕ ਸਿਲਾਈ ਇਸ ਜਗ੍ਹਾ 'ਤੇ ਲਾਵਾਂਗੇ ਆਪਾਂ। ਇਹ ਆਪਣੀ ਅੰਦਰਲੀ ਸਾਈਡ ਹੋ ਗਈ। ਹੁਣ ਆਪਣੇ ਜਿਹੜੀ ਇਹ ਸਿਲਾਈ ਲਾਉਣੀ ਹੈਗੀ, ਇਹ ਕਫ ਦੇ ਉੱਪਰ ਨਹੀਂ ਲਾਉਂਦੇ ਹੈਗੇ, ਇਸਦੀ ਸਾਈਡ 'ਤੇ ਨਾਲ ਨਾਲ ਲਾਵਾਂਗੇ, ਸਾਰੀਆਂ ਨਾਲ ਨਾਲ ਸਿਲਾਈ ਲਾਵਾਂਗੇ, ਕਫ ਦੇ ਉੱਪਰ ਨਹੀਂ ਆਪਣੇ ਸਿਲਾਈ ਲਾਉਣੀ। ਪਹਿਲਾਂ ਇਸਨੂੰ ਪੱਕਾ ਕਰ ਲਾਂਗੇ ਆਪਾਂ ਚੰਗੀ ਤਰ੍ਹਾਂ। ਇਹ ਤੁਸੀਂ ਹੇਠਾਂ ਧਿਆਨ ਰੱਖੋ ਵੀ ਤੁਹਾਡਾ ਦਬਾਅ ਬਿਲਕੁਲ ਵੀ ਸਿਲਾਈ ਤੋਂ ਬਾਹਰ ਨਾ ਜਾਵੇ। ਇਹ ਦੇਖੋ ਤੁਸੀਂ ਆਪਣਾ ਦਬਾਅ ਜਿਹੜਾ ਬਿਲਕੁਲ ਸਿਲਾਈ ਲੱਗੀ ਆ, ਦਬਾਅ ਦੇ ਉੱਪਰ ਲੱਗੀ ਹੈਗੀ ਇਸ ਤਰ੍ਹਾਂ। ਇਹ ਦੇਖੋ ਕਪ ਆਪਣਾ ਜਿਹੜਾ ਕਫ ਆ ਜਿਹੜਾ ਬਹੁਤ ਹੀ ਸਫਾਈ ਨਾਲ ਬਣ ਕੇ ਤਿਆਰ ਆ। ਉਸ ਤੋਂ ਬਾਅਦ ਜਿਹੜੀ ਆਪਾਂ ਨੇ ਸਿਲਾਈ ਲਾਉਣੀ ਆ, ਇਸ ਤਰ੍ਹਾਂ ਲਾਉਣੀ ਹੈਗੀ, ਇਸ ਤਰ੍ਹਾਂ ਪਹਿਲਾਂ ਕਫ ਨੂੰ ਜੋੜ ਲਾਂਗੇ। ਇਹ ਆਪਣੇ ਕਫ ਨੂੰ ਇੱਕ ਸਾਰ ਕਰ ਲਿਆ ਬਿਲਕੁਲ। ਇਸ ਜਗ੍ਹਾ ਤੋਂ ਸਿਲਾਈ ਨੂੰ ਸ਼ੁਰੂ ਕਰਾਂਗੇ, ਪਲਕਾਂ ਦੇ ਉੱਪਰੋਂ ਸਿਲਾਈ ਨੂੰ ਸ਼ੁਰੂ ਕਰਾਂਗੇ। ਇਹ ਆਪਣਾ ਮੋਢਾ ਗਾ, ਮੋਢੇ ਦੇ ਹਿਸਾਬ ਨਾਲ ਪਹਿਲਾਂ ਆਪਾਂ ਨਿਸ਼ਾਨੀ ਲਾ ਲਾਂਗੇ। ਜਿਹੜੀ ਆਪਣੇ ਟੋਕ ਲਾਈ ਸੀ ਜਗ੍ਹਾ 'ਤੇ ਨਿਸ਼ਾਨੀ ਲਾ ਲਈ, ਇਸ ਹਿਸਾਬ ਨਾਲ ਆਪਾਂ ਸਿਲਾਈ ਲਾਵਾਂਗੇ। ਇਸ ਜਗ੍ਹਾ ਤੋਂ ਵੀ ਆਪਾਂ ਉਹਨੂੰ ਚੰਗੀ ਤਰ੍ਹਾਂ ਪੱਕਾ ਕਰਨਾ। ਇਹ ਦੇਖੋ ਤੁਸੀਂ ਬਹੁਤ ਹੀ ਸੌਖੇ ਅਤੇ ਆਸਾਨ ਤਰੀਕੇ ਨਾਲ ਆਪਣੀ ਜਿਹੜੀ ਬਾਜੂ ਬਣ ਕੇ ਤਿਆਰ ਆ।
ਦੇਖੋ ਤੁਸੀਂ ਕਮੈਂਟ ਕਰਕੇ ਜ਼ਰੂਰ ਦੱਸਣਾ ਵੀਡੀਓ ਕਿਵੇਂ ਲੱਗੀ। ਧੰਨਵਾਦ।